ਪ੍ਰਸਾਰਿਤ ਹੋਈ ਸੁਚੇਤ ਪਾਲਿਆ ਫਿਲਮੀ ਅੰਦਾਜ਼ ਦਾ ਵਿੱਚ ਘੇਰਾ ਇੱਕ ਤਾਂ ਢੇਰ ਤਾਂ ਦੂਜਾ ਜ਼ਖਮੀ ਤਰਨਤਾਰਨ ਦੇ ਵਿੱਚ ਪੰਜਾਬ ਪੁਲਿਸ ਅਤੇ ਲੁਟੇਰਿਆਂ ਦੇ ਵਿਚਾਲੇ ਮੁੱਠਭੇੜ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਗੋਲੀ ਲੱਗਣ ਦੇ ਨਾਲ ਇੱਕ ਲੁਟੇਰਾ ਹਲਾਕ ਹੋ ਗਿਆ ਤਾਂ ਦੂਸਰਾ ਲੁਟੇਰਾ ਜ਼ਖਮੀ ਹੋ ਗਿਆ ਘਟਨਾ ਤਰਨਤਾਰਨ ਦੇ ਸਰਾਏ ਅਮਾਨਤ ਖਾਨ ਦੇ ਨੇੜੇ ਵਾਪਰੀ ਦਰਅਸਲ ਸ਼ਾਮ ਨੂੰ ਜਦੋਂ ਦੋ ਲੁਟੇਰਿਆਂ ਨੂੰ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਨੇ ਫਿਲਮੀ ਅੰਦਾਜ਼ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਘੇਰਾ ਪਾ ਕੇ ਗ੍ਰਿਫਤਾਰ ਕੀਤਾ ਆਓ ਸੁਣਦੇ ਹਾਂ ਹਾਂਜੀ ਇਹ ਦੋ ਇੰਸੀਡੈਂਟ ਅੱਜ ਦੇ ਇੱਕ ਕੱਲ੍ਹ ਤਪਲਾ ਸੌਰ ਪੈਟਰੋਲ ਪੰਪ 'ਤੇ ਹੋਇਆ ਸੀ ਉਹਦੇ 'ਚ ਵੀ ਸਸਪੈਕਟਡ ਜਿਹੜੀ ਹੈਗੀ ਆ ਵਾਈਟ ਸਵਿਫਟ ਗੱਡੀ ਹੈਗੀ ਆ ਮੋਸਟ ਲਾਈਕਲੀ ਇਹੀ ਆ ਬਾਕੀ ਵਾਲੇ ਤਾਂ ਤਫਤੀਸ਼ ਕਰਨੀ ਸੀ ਅਤੇ ਬਟ ਅੱਜ ਵਾਲੀਆਂ ਤਾਂ ਹੰਡਰ ਜਿਹੜੇ ਹੈਗੇ ਨੇ ਕਲੀਅਰ ਇਹੀ ਨੇ ਇਹਨਾਂ ਦੀ ਰਿਵੋਲਵ ਉਹੀ ਜਿਹੜਾ ਵੈਪਨ ਹੈਗਾ ਉਹਦੇ 'ਤੇ ਸੇਮ ਕੱਪੜੇ ਨੇ ਜਿਹੜੇ ਕੀ ਅਸੀਂ ਪੁਲਿਸ ਹਮੇਸ਼ਾ ਆਪਣੇ ਮਸਤੈਦ ਹੈ ਜੀ ਅਸੀਂ ਪਬਲਿਕ ਦੇ ਨਾਲ ਹੈ ਜਾਨ ਅਤੇ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਪੁਲਿਸ ਦੀ ਪ੍ਰਾਇਮਰੀ ਡਿਊਟੀ ਹੈ ਉਹਦੇ 'ਚ ਅਸੀਂ ਵਚਨਬੱਧ ਹੈ ਅਤੇ ਪੰਜਾਬ ਪੁਲਿਸ ਕਮਿਟਡ ਹੈ ਇਸ ਵਾਸਤੇ ਕਿ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖੀ ਜਾਵਾਂਗੇ ਇਹੋ ਜਿਹੜੇ ਕੋਈ ਹਰਕਤ ਕ੍ਰਾਈਮ ਕ੍ਰਿਮੀਨਲ ਹੈਗੇ ਨੇ ਜੇ ਉਹ ਪੁਲਿਸ ਨੂੰ ਚੈਲੰਜ ਕਰਨਗੇ ਜਾਂ ਪੁਲਿਸ 'ਤੇ ਅਟੈਕ ਕਰਨਗੇ ਤਾਂ ਆਪਣੀ ਪੁਲਿਸ ਨੇ ਆਪਣੇ ਬਚਾਓ ਲਈ ਆਪਣਾ ਜਿਹੜਾ ਜਵਾਬੀ ਜੋ ਐਕਸ਼ਨ ਬਣਦਾ ਲੀਗਲ ਉਹ ਕਰਨਾ ਹੀ ਪੈਣਾ ਜ਼ਖਮੀ ਹਾਲਤ ਵਿੱਚ ਦੋਵਾਂ ਲੁਟੇਰਿਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਇੱਕ ਬਦਮਾਸ਼ ਦੀ ਮੌਤ ਹੀ ਹੋ ਗਈ ਜਦੋਂ ਦੂਸਰੇ ਦੀ ਹਾਲਤ ਥੋੜ੍ਹੀ ਨਾਜ਼ੁਕ ਬਣੀ ਹੋਈ ਹੈ ਘਟਨਾ ਸਰਾਏ ਮਾਨਤ ਖਾਨ ਦੀ ਇਹ ਦੱਸੀ ਜਾ ਰਹੀ ਹੈ ਤਾਰਨ ਤੋਂ ਸਾਗਰ ਅਰੋੜਾ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ